ਨਾ ਰੰਤੀਰ ਤੇਜ ਹੈ ਮੈਂ ਨੂਰਦੀਪਿੰਡ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹਾਂ ਬੈਸਟ ਅਵੇਅਰਨੈਸ ਕੰਪਨੀ ਨਾਲ ਜੁੜ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਤੇ ਬੈਸਟ ਅਵੇਅਰਨੈਸ ਕੰਪਨੀ ਵਿੱਚ ਆ ਕੇ ਮੈਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਅਤੇ ਫੇਮਸ ਹੋਣ ਦਾ ਪੂਰਾ ਮੌਕਾ ਮਿਲਿਆ ਹੈ ਮੇਰੇ ਗੀਤ ਔਰ ਕੁਝ ਕਵਿਤਾਵਾਂ ਕੁਝ ਲੋਕਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਸਨ ਬੈਸਟ ਅਵੇਅਰਨੈਸ ਵਿੱਚ ਆ ਕੇ ਮੈਨੂੰ ਆਪਣੇ ਗੀਤ ਅਤੇ ਕਵਿਤਾਵਾਂ ਸਾਰੀ ਦੁਨੀਆ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ ਹੈ ਇਸ ਲਈ ਮੈਂ ਬੈਸਟ ਅਵੇਅਰਨੈਸ ਕੰਪਨੀ ਦਾ ਬਹੁਤ-ਬਹੁਤ ਥੈਂਕਸ ਕਰਦਾ ਹਾਂ ਕੁਝ ਲੈਣਾ ਕੁਝ ਸਤਰਾ ਮੈਂ ਤੁਹਾਨੂੰ ਪੇਸ਼ ਕਰਨ ਲੱਗਾ ਹਾਂ ਗੌਰ ਕਰਨਾ ਤੇਰੇ ਮਾਸਟਰ ਬੰਦਾ ਕੀ ਫਾਇਦਾ ਤੇਰੇ ਮਾਸਟਰ ਬੰਦਾ ਕੀ ਫਾਇਦਾ ਜੇ ਬੱਚਿਆਂ ਨੂੰ ਪੜ੍ਹਾਵੇਂ ਨਾ ਤੇਰੇ ਪੁੱਤ ਹੋਣ ਦਾ ਕੀ ਫਾਇਦਾ ਤੇਰੇ ਪੁੱਤ ਹੋਣ ਦਾ ਕੀ ਫਾਇਦਾ ਜੇ ਡਿੱਗੇ ਮਾਂ-ਬਾਪ ਨੂੰ ਠਾਵੇਂ ਨਾ ਤੂੰ ਜਿੰਨਾ ਚਿਰ ਚੱਲਦਾ ਫਿਰਦਾ ਏ ਤੂੰ ਜਿੰਨਾ ਚਿਰ ਚੱਲਦਾ ਫਿਰਦਾ ਏ ਬਣ ਬਜ਼ੁਰਗਾਂ ਦਾ ਸਹਾਰਾ ਲੋਕਾਂ ਦਾ ਭਲਾ ਤੂੰ ਕਰ ਬੰਦਿਆ ਤੈਨੂੰ ਯਾਦ ਕਰੂਗਾ ਯੱਗ ਸਾਰਾ ਉਹ ਤੈਨੂੰ ਯਾਦ ਕਰੂਗਾ ਯੱਗ ਸਾਰਾ ਤੇਰੇ ਅਮੀਰ ਹੋਣ ਦਾ ਕੀ ਫਾਇਦਾ ਤੇਰੇ ਅਮੀਰ ਹੋਣ ਦਾ ਕੀ ਫਾਇਦਾ ਜੇ ਗਰੀਬ ਬੰਦੇ ਦੇ ਕੰਮ ਨਾ ਆਇਆ ਤੇਰੀ ਸੇਵਾ ਕਰਨ ਦਾ ਕੀ ਫਾਇਦਾ ਤੇਰੀ ਸੇਵਾ ਕਰਨ ਦਾ ਕੀ ਫਾਇਦਾ ਜੇ ਚੀਜ਼ ਚੋਰੀ ਕੋਈ ਕਰ ਲਿਆ ਆਂ ਤੂੰ ਛੱਡ ਮਾੜੀਆਂ ਆਦਤਾਂ ਨੂੰ ਤੂੰ ਛੱਡ ਮਾੜੀਆਂ ਆਦਤਾਂ ਨੂੰ ਇਦਾਂ ਕਰਨਾ ਸੱਜਣਾ ਗੁਜ਼ਾਰਾ ਲੋਕਾਂ ਦਾ ਭਲਾ ਤੂੰ ਕਰ ਬੰਧਿਆ ਤੈਨੂੰ ਯਾਦ ਕਰੂਗਾ ਜੱਗ ਸਾਰਾ ਲੋਕਾਂ ਦਾ ਭਲਾ ਤੂੰ ਕਰ ਬੰਧਿਆ ਤੈਨੂੰ ਯਾਦ ਕਰੂਗਾ ਜੱਗ ਸਾਰਾ ਤੇਰੇ ਨਾਮ ਜਪਣ ਦਾ ਕੀ ਫਾਇਦਾ ਤੇਰੇ ਨਾਮ ਜਪਣ ਦਾ ਕੀ ਫਾਇਦਾ ਜੇ ਪੈਗ ਕਦੇ-ਕਦੇ ਲਾਉਂਦਾ ਏ ਸੈਂਟ ਪਾਊਡਰ ਲਾਉਣ ਦਾ ਕੀ ਫਾਇਦਾ ਸੈਂਟ ਪਾਊਡਰ ਲਾਉਣ ਦਾ ਕੀ ਫਾਇਦਾ ਜੇ ਛਪੜਾਂ ਦੇ ਵਿੱਚ ਨਹਾਉਂਦਾ ਏ ਤੂੰ ਕੰਮ ਕੋਈ ਚੰਗਾ ਕਰਦਾ ਨਹੀਂ ਤੂੰ ਕੰਮ ਕੋਈ ਚੰਗਾ ਕਰਦਾ ਨਹੀਂ ਐਵੇਂ ਘੁੰਮਦਾ ਰਹਿੰਦਾ ਅਵਾਰਾ ਲੋਕਾਂ ਦਾ ਭਲਾ ਤੂੰ ਕਰ ਬੰਧਿਆ ਤੈਨੂੰ ਯਾਦ ਕਰੂਗਾ ਯੱਕ ਸਾਰਾ ਤੇਰੇ ਲੀਡਰ ਬਣਦਾ ਕੀ ਫਾਇਦਾ ਤੇਰੇ ਲੀਡਰ ਬਣਦਾ ਕੀ ਫਾਇਦਾ ਕੋਈ ਪਿੰਡ ਦਾ ਕੰਮ ਤਾਂ ਕੀਤਾ ਨਾ ਉਹਨੂੰ ਲੱਡੂ ਖਵਾਏ ਦਾ ਕੀ ਫਾਇਦਾ ਉਹਨੂੰ ਲੱਡੂ ਖਵਾਏ ਦਾ ਕੀ ਫਾਇਦਾ ਤੇਰੀ ਜਿੱਤ ਦੀਆਂ ਜਿਹਨੂੰ ਰੀਝਾਂ ਨਾ ਧੀਰੇ ਛੱਡ ਦਿਲੋਂ ਹੰਕਾਰ ਨੂੰ ਧੀਰੇ ਨੂਰ ਦੀ ਕੱਢ ਹੰਕਾਰ ਨੂੰ ਮਾਰਨਾ ਹਵਾ ਚ ਤਲਵਾਰਾਂ ਲੋਕਾਂ ਦਾ ਭਲਾ ਤੂੰ ਕਰ ਬੰਦਿਆ ਤੈਨੂੰ ਯਾਦ ਕਰੂਗਾ ਜੱਗ ਸਾਰਾ ਤੂੰ ਸਭ ਦਾ ਭਲਾ ਤੂੰ ਕਰ ਬੰਦਿਆ ਤੈਨੂੰ ਯਾਦ ਕਰੂਗਾ ਜੱਗ ਸਾਰਾ ਤੈਨੂੰ ਯਾਦ ਕਰੂਗਾ ਜੱਗ ਸਾਰਾ ਅਗਰ ਤੁਹਾਨੂੰ ਇਹ ਮੇਰੀ ਕੁਝ ਲੈਣਾ ਵਧੀਆ ਲੱਗੀਆਂ ਤੇ ਜਰੂਰ ਸ਼ੇਅਰ ਕਰਨਾ ਥੈਂਕਸ